ਇਕਾਂਗੀ ਸਿਰਜਣਾ ਜੋ ਕਿ ਪਾਲੀ ਭੁਪਿੰਦਰ ਦਾ ਲਿਖਿਆ ਹੋਇਆ ਹੈ। ਜੇ ਆਪਾਂ ਲੇਖਕ ਦੇ ਬਾਰੇ ਗੱਲ ਕਰੀਏ, ਲੇਖਕ ਪਾਲੀ ਭੁਪਿੰਦਰ ਦਾ ਜਨਮ 6 ਸਤੰਬਰ 1965 ਈਸਵੀ ਨੂੰ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ ਹੈ। ਉਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਵਿਸਾਖਾ ਸਿੰਘ ਅਤੇ ਮਾਤਾ ਦਾ ਨਾਮ ਚੰਦਰਾਵਲ ਕੌਰ। ਉਹਨਾਂ ਨੇ ਪੰਜਾਬੀ ਵਿੱਚ ਐੱਮ ਏ ਪੀ ਐੱਚ ਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ। ਇਸ ਸਮੇਂ ਉਹ ਡੀ ਐੱਮ ਕਾਲਜ ਮੋਗਾ ਵਿਖੇ ਬਤੌਰ ਲੈਕਚਰਾਰ ਲੱਗੇ ਹੋਏ ਹਨ। ਪਾਲੀ ਭੁਪਿੰਦਰ ਨੇ ਪੂਰੇ ਨਾਟਕ ਅਤੇ ਇਕਾਂਗੀ ਲਿਖੇ ਨੇ। ਇੱਕ ਨਾਟਕ ਹੁੰਦਾ ਹੈ, ਇੱਕ ਇਕਾਂਗੀ ਹੁੰਦਾ ਹੈ। ਇਕਾਂਗੀ ਕਿਹੜਾ ਹੈ? ਜਿਹੜਾ ਕਿ ਇੱਕ ਝਾਕੇ ਵਿੱਚ ਹੀ ਪੇਸ਼ ਕੀਤਾ ਜਾਂਦਾ ਰੰਗ ਮੰਚ 'ਤੇ, ਠੀਕ ਹੈ। ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਈਸ਼ਵਰ ਚੰਦਰ ਨੰਦਾ ਅਵਾਰਡ ਦੇ ਨਾਲ ਉਹਨਾਂ ਨੂੰ 1992 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀ ਸਨਮਾਨਿਤ ਕੀਤਾ। ਹੁਣ ਆਪਾਂ ਗੱਲ ਕਰੀਏ ਸਿਰਜਣਾ ਇਕਾਂਗੀ ਬਾਰੇ। ਪਾਲੀ ਭੁਪਿੰਦਰ ਨੇ ਇਸ ਇਕਾਂਗੀ ਵਿੱਚ ਇੱਕ ਅਹਿਮ ਵਿਸ਼ਾ ਲਿਆ ਹੈ, ਅਹਿਮ ਵਿਸ਼ਾ ਜਿਹੜਾ ਕਿ ਇਸ ਵੇਲੇ ਸਮਾਜ ਨੂੰ ਘੁੰਨ ਵਾਂਗ ਖਾ ਰਿਹਾ। ਲੋਕ ਅਣਜੰਮੀਆਂ ਬੱਚੀਆਂ ਨੂੰ, ਧੀਆਂ ਨੂੰ ਕੁੱਖਾਂ ਵਿੱਚ ਮਾਰ ਕੇ ਸਮਾਜ ਦੀ ਸਿਰਜਣਾ ਵਿੱਚ ਰੁਕਾਵਟ ਬਣ ਰਹੇ ਨੇ। ਇਹ ਲੋਕਾਂ ਦੀ ਮਾੜੀ ਸੋਚ। ਇਹ ਇਕਾਂਗੀ ਸਮਾਜ ਦੀ ਸਿਰਜਣਾ ਕਰਨ ਬਾਰੇ ਨਵੀਂ ਰੋਸ਼ਨੀ ਦਾ ਸੁਨੇਹਾ ਦੇ ਰਿਹਾ। ਇਸ ਇਕਾਂਗੀ ਦੀ ਮੁੱਖ ਪਾਤਰ ਸਿਰਜਣਾ ਨਾਂ ਦੀ 28-29 ਸਾਲ ਦੀ ਮੁਟਿਆਰ ਹੈ, ਜੋ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਸਦੀ ਆਲਰੇਡੀ ਪਹਿਲਾਂ ਇੱਕ ਕੁੜੀ ਹੈ। ਇਸ ਕਰਕੇ ਉਸਦੀ ਸੱਸ, ਜੋ ਕਿ ਬੀਜੀ ਦੇ ਰੂਪ ਵਿੱਚ ਇਸ ਇਕਾਂਗੀ ਵਿੱਚ ਆਈ ਹੈ, ਉਹ ਨਹੀਂ ਚਾਹੁੰਦੀ ਕਿ ਦੂਸਰੀ ਲੜਕੀ ਨੂੰ ਜਨਮ ਦੇਵੇ। ਇੱਥੋਂ ਤੱਕ ਕਿ ਉਸਦਾ ਪਤੀ ਕੁਲਦੀਪ ਵੀ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ। ਕਹਿੰਦਾ ਇਹ ਤਾਂ ਪ੍ਰੋਪਰਟੀ ਕਲਚਰ ਹੈ, ਕਿ ਤੈਨੂੰ ਪ੍ਰੋਪਰਟੀ ਕਲਚਰ ਦਾ ਤਾਂ ਧਿਆਨ ਰੱਖਣਾ ਹੀ ਪੈਣਾ, ਕਿ ਮਾਂ ਬੀਜੀ ਹੈ ਜਿਹੜੇ ਉਹ ਸਹੀ ਤਾਂ ਕਹਿੰਦੇ ਹੈ। ਤੇ ਬੀਜੀ ਆਪਣੀ 40 ਕਿੱਲੇ ਪੈਲੀ ਹੈ ਜਿਹੜੀ, ਤੇ ਹੋਰ ਜ਼ੈਦਾਦ ਦਾ ਵਾਰਸ ਚਾਹੁੰਦੀ ਹੈ, ਜੋ ਕਿ ਉਸਦਾ ਪੁੱਤਰ ਹੀ ਬਣ ਸਕਦਾ। ਇਸ ਕਰਕੇ ਉਹ ਕੁੜੀਆਂ ਨੂੰ ਵਾਰਸ ਬਣਾ ਕੇ ਖੁਸ਼ ਨਹੀਂ ਹੈ। ਬੀਜੀ ਆਪਣੇ ਮਨ ਦੀ ਇੱਛਾ ਅਨੁਸਾਰ ਨਾ ਹੁਣ ਸਿਰਜਣਾ ਨੂੰ ਹਸਪਤਾਲ ਲੈ ਕੇ ਜਾਂਦੀ ਹੈ ਸਕੈਨਿੰਗ ਕਰਵਾਉਣ ਲਈ, ਤਾਂ ਜੋ ਪਤਾ ਲੱਗ ਸਕੇ ਕਿ ਕੁੱਖ ਵਿੱਚ ਪਲ ਰਿਹਾ ਬੱਚਾ ਮੁੰਡਾ ਹੈ ਜਾਂ ਕੁੜੀ। ਉਸ ਸਮੇਂ ਉਸਦਾ ਪਤੀ ਕੀ ਹੈ, ਇੱਕ ਦਫ਼ਤਰ ਵਿੱਚ ਡਿਊਟੀ ਕਰ ਰਿਹਾ। ਜਿਹੜੀ ਸਿਰਜਣਾ ਹੈ ਉਹ ਆਪਣੇ ਪਤੀ ਦਾ ਵੀ ਪੂਰੀ ਆਗਿਆਕਾਰ ਹੈ, ਪਤੀ ਦੇ ਕਹਿਣੇ ਵਿੱਚ ਹੈ, ਤੇ ਪਤੀ ਦੀ ਵੀ ਸਲਾਹ ਲੈਣਾ ਚਾਹੁੰਦੀ ਹੈ। ਉਹ ਆਪਣੇ ਪਤੀ ਨਾਲ ਫੋਨ ਤੇ ਗੱਲ ਕਰਦੀ ਹੈ, ਪਰ ਕੁਲਦੀਪ ਕੀ ਕਹਿੰਦਾ ਹੈ, ਅੱਗੋਂ ਕੀ ਜਵਾਬ ਦਿੰਦਾ? ਜੋ ਬੀਜੀ ਚਾਹੁੰਦੇ ਹਨ ਉਹੀ ਕਰਨਾ ਪਵੇਗਾ। ਸਿਰਜਣਾ ਜੋ ਕਿ ਪੜ੍ਹੀ ਲਿਖੀ ਹੈ, ਉਹ ਅਜਿਹੀ ਅਮਾਨਵੀ ਜਿਹੜੀ ਕਿਰਿਆ ਹੈ ਨਾ, ਅਮਾਨਵੀ ਜਿਹੜਾ ਕੰਮ ਹੈ, ਇਸ ਨੂੰ ਕਰਨ ਤੋਂ ਡਾਕਟਰ ਨੂੰ ਵੀ ਰੋਕਦੀ ਹੈ। ਤੇ ਡਾਕਟਰ ਵੀ ਇਹ ਚਾਹੁੰਦੀ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ ਕੇ ਵੀ ਅਜਿਹਾ ਕੰਮ ਨਹੀਂ ਕਰ ਸਕਦੇ, ਤੇ ਸਾਡੇ ਹਸਪਤਾਲ ਵਿੱਚ ਅਜਿਹਾ ਕੰਮ ਨਹੀਂ ਹੋਏਗਾ। ਡਾਕਟਰ ਪੂਰਾ ਉਹਨੂੰ ਹੌਸਲਾ ਦਿੰਦੀ ਹੈ, ਉਹਨੂੰ ਪੂਰਾ ਸਾਥ ਦਿੰਦੀ ਹੈ, ਤੇ ਉਹ ਕਹਿੰਦੀ ਹੈ ਸਿਰਜਣਾ ਕਿ ਜੇ ਮੇਰੀ ਕੁੜੀ ਵੀ ਹੋ ਗਈ ਮੈਂ ਉਹਨੂੰ ਮੁੰਡਿਆਂ ਵਾਂਗ ਹੀ ਪਾਲਣਾ। ਬੀਜੀ ਉਸਨੂੰ ਘਰੋਂ ਚਲੇ ਜਾਣ ਦੀ ਧਮਕੀ ਦਿੰਦੀ ਹੈ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ। ਜਿਹੜਾ ਉਸਦਾ ਪਤੀ ਕੁਲਦੀਪ, ਜੋ ਕਿ ਆਪਣੇ ਬੀਜੀ ਦੇ ਕਹੇ ਅਨੁਸਾਰ ਚੱਲਦਾ ਪਹਿਲਾਂ, ਕਿ ਤਾਂ ਪ੍ਰੋਪਰਟੀ ਕਲਚਰ ਹੈ, ਉਹਨੂੰ ਦੇਰ ਨਾਲ ਸਮਝ ਆਉਂਦੀ ਹੈ। ਤੇ ਜਦੋਂ ਸਮਝ ਆਉਂਦੀ ਉਹ ਆਪਣੀ ਗਲਤੀ ਤੇ ਪਛਤਾਵਾ ਕਰਦਾ, ਤੇ ਆਪਣੀ ਪਤਨੀ ਸਿਰਜਣਾ ਦਾ ਪੂਰਾ ਸਾਥ ਦਿੰਦਾ, ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਕਿ ਉਸਦੀ ਪਤਨੀ ਜਿਹੜੀ ਹੈ ਪੜ੍ਹੀ ਲਿਖੀ ਹੈ, ਤੇ ਉਸਨੂੰ ਸਕੈਨਿੰਗ ਕਰਵਾਉਣ ਤੋਂ ਉਹਦਾ ਸਾਥ ਦਿੰਦਾ, ਕੀ ਕਹਿੰਦਾ ਇਨਕਾਰ ਕਰਵਾਉਂਦਾ ਹੈ। ਇਸ ਗੱਲ ਤੇ ਬੀਜੀ ਭਾਵੇਂ ਦੁਖੀ ਹੈ, ਪਰ ਉਹ ਹੁਣ ਪਰਵਾਹ ਨਹੀਂ ਕਰਦੇ। ਇਸ ਤਰ੍ਹਾਂ ਦੋਵਾਂ ਜੀਆਂ ਦਾ, ਪੁੱਤਰ ਧੀ ਦਾ ਜਿਹੜਾ ਫਰਕ ਨੂੰ ਖਤਮ ਕਰਨ ਦੀ ਇਹ ਵਿਚਾਰ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਵਾਲੀ ਹੈ। ਕਲੀਅਰ ਹੈ? ਪੂਰੀ ਇਕਾਂਗੀ ਦੀ ਕਹਾਣੀ ਸਮਝ ਆ ਗਈ, ਬਟ ਇਹ ਇਕਾਂਗੀ ਦਾ ਸਾਰ ਹੈ। ਜੇ ਵੱਡਾ ਕੁਸ਼ਚਨ ਆਏ ਕਿ ਇਕਾਂਗੀ ਦਾ ਵਿਸ਼ਾ ਕੀ ਹੈ, ਇਹ ਇਕਾਂਗੀ ਦਾ ਵਿਸ਼ਾ ਹੈ। ਔਰ ਜੇ ਆ ਜੇ ਇਕਾਂਗੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ, ਇਹੀ ਸਟੋਰੀ ਲਿਖ ਕੇ ਦੱਸਣਾ ਬਿਲਕੁਲ ਢੁਕਵਾਂ ਹੈ। ਸਿਰਜਣਾ ਇਕਾਂਗੀ, ਸਿਰਜਣਾ ਨਾਂ ਦੇ ਪਾਤਰ ਦੇ
आधार से रखा गया जो कि एक नवे समाज की सिरजना करना चाहती है। समझ आ गई? इस इकांगी का सरलेख ढुकमा है या नहीं, क्वेश्चन नोट कर लो, बड़े क्वेश्चन ढुकमा है या नहीं, कौन दसेगा ढुकमा है कि नहीं, सरलेख टाइटल सूटेबल है? यस बेटे, तुसी पूरी कहानी सुनी है इकांगी की, विशा सुनिया, हाँ इहदा केंद्री भाग किसी होर ध्यान नाल सुनिया, बेटे दसो इहदा ये इकांगी का सरलेख ढुकमा है या नहीं, स्पष्ट करो 5-6 लाइन्स। यस बच्चे कौन करेगा ये, तो समझ लो तुहाडी क्लास एक्टिविटी है, देख लो नैक्सट क्लास में जी थोड़ी हूँ फ्राइडे क्लास होनी है वेद क्लास एक्टिविटी यही होनी है कि तुम इन्हों के पात्रों की पात्र सारी अपनी चॉइस के अकॉर्डिंग प्रिपेयर करोगे, एक एक पात्र सब ने प्रिपेयर करना और क्लास में डिस्कस करने वो पात्र। यस बच्चे बोलो इकांगी का सरलेख ढुकमा है जी नहीं, इकांगी का विशा की है, इकांगी का उद्देश की है? यस, फिर आप पात्रों की पात्र सारी वाल आने। यस बच्चे इकांगी का उद्देश, इकांगी का सरलेख, इकांगी का विषय, ये तीन क्वेश्चन वड्डे लिखो। यस बच्चे बोलो जो विषय है जो आप हमने डिस्कस की कहानी वो विषय है, इस इकांगी वेच इकांगी कार ने एक अहम विषय नु छोया है जो कि समाज नु कुनवां खा रहा है। तुसीं लाइन्स नोट करनिया सी कि समाज के लोग अपनी माड़ी सोच कारण, पुरानी सोच कारण अनजमिया धीआं नूं कुखां विच मार के समाज की सिरजना विच रुकावट बन रहे ने, जिवें कि इस इकांगी विच बीजी वर्गे पत्त। फिर इकांगी की गल करनी है, जिवें कि असीं इस इकांगी विच देखते हाँ कि बीजी वर्गे पात्र है जिहड़े ओह समाज की सिरजना विच रुकावट ने, और सिरजना वर्गे पात्र जिहड़ी मुख पात्र है वह नवे समाज की सिरजना करन दे हक विच ने, पुत्र धी का फर्क मिटा के। ठीक है बच्चे, वो अपने हथी अपनी सृजना अर्थात धी नू कतल करके मां तो डैन नहीं बनना चाहती, जड़ी सृजना है इस इकांगी की मुख पात्र, उसनू पूरी उम्मीद है कि मेरी सृजना एक दिन रुख बन के पुंगरेगी धरती ते, मोलेगी, मोलेगी मीन्स खिड़ेगी, आसमान नू छुएगी, आसमान दियां बुलंदियां नू छुएगी। फिर लोग सिरजनावां करके शर्मिंदे नहीं होंगे, उस सगों मान महसूस करनगे कि कोई भी अगे तो कदी भी कोई सिरजना कतल नहीं होगी। ये सारे क्वेश्चन ये जड़ा आपां डिस्कस कीती ना विचार, ये टाइटल च आना है कि इसे करके ही इस इकांगी का सरलेख बिल्कुल ढुकवा रख्या सिरजना, क्योंकि इस इकांगी की मुख पात्र जो कि उसका नाम भी सिरजना है तो एक नवे समाज की सिरजना करनी चाहती है, किवें एक बच्ची की सिरजना करके, क्लियर है, ता जो आने वाले समाज नू एक सेध मिले, एक नवी दिशा मिले कि कोई भी अगे तो सिरजना कतल ना हो, कि जड़ी नवी सिरजना उसकी पैदा होएगी वो एक रुख बन के खिड़ेगी, आसमान दिया बुलंदियां नू छुएगी। समझ आ गई बेटे, वड्डे क्वेश्चन तीनों क्लियर हो गए, इस करके इहदा सरलेख भी ढुकवा, यही इसका अहम विशा लिया, ते इहदा उद्देश की है, उद्देश की है बेटी बचाओ बेटी पढ़ाओ, उद्देश यह है, ता नवे समाज की नरोए समाज की सिरजना करना ही इस इकांगी का उद्देश है। फिर उही कहानी लिखनी है जिवें इस इकांगी विच सिरजना के पात्र राही इस नवे समाज की सिरजना करन दे लई प्रेरणा दिती गई है। क्लियर है बच्चे? हाँ जी बेटे, हुण आपां गल करिए पात्रां दी पात्र उसारी, अपा जिहड़े पात्र ऑलरेडी किते हुए ने ना वो एक बार सारे पॉइंट्स डिस्कस कर लिए, फिर आप नवे पात्र दो अच करांगे, डॉक्टर ते मासी जिहड़ी सफाई कर्मचारी है। नंबर वन ते है बीजी दी पात्र सिरजना, सॉरी मुख पात्र सिरजना, जो कि पाली भुपिंदर ने लिखे हुए कांगी सिरजना दी मुख पात्र है,
सारी इकांगी सिरजना के दुआले घूमती है। बीजी की नूह है, कुलदीप की पत्नी है, उसकी उम्र 28-29 साल के करीब है और वह पढ़ी लिखी है। पढ़ी लिखी मुटियार पॉइंट्स बनाने हैं। नंबर वन पढ़ी लिखी मुटियार, फिर सुगड़ सियानी, आप ऑलरेडी डिस्कस किए हुए ने। सुगड़ सियानी है, पति का सतिकार करने वाली है, पति उपर लोड़ तो वध विश्वास करने वाली और पुत्र ते धी का फर्क मिटाने वाली और नवे समाज की सिरजना करने वाली। ठीक है, बहादुर मुटियार इन्हों पॉइंट्स फोकस करके तुसी एक्सप्लेन करना है। हुण आपां एक बारी सारा एक्सप्लेन कर लैने हां। नंबर वन ते पढ़ी लिखी मुटियार है, पढ़ी लिखी मुटियार पढ़ी लिखी होने करके मनुखी रिश्तियां की कदर करना चंगी तरह जानती है। बीजी नूं तहजीब नाल बुलाउंदी है ते उह अपनी तनखाह का भी कोई मान नहीं करती, नौकरी करती है कोई मान नहीं करती, भावें उसकी बीजी उसकी सस नूं जिन्नी मर्जी ताने मेने देवे पर वह गुस्सा नहीं करती। सुगड़ सियानी औरत है, हर एक नूं बड़ी तमीज नाल बुलाउंदी है, रिश्तियां की कदर करने वाली है। क्लीयर है बेटे, सस नूं भावें जिन्ना मर्जी बुरा भला कहे वह किसी की गल का गुस्सा नहीं करती। सिरजना अपने पति कुलदीप का पूरा पूरा सतिकार करती है, पूरा सतिकार करती है, वह अपनी पूरा मान से सतिकार दिंदी। किसनों? अपने पति कुलदीप नूं पूरा सतिकार दिंदी। और जदों भी कोई अहम फैसला लेना है ना, अहम फैसला लेना तो अपने उसनों पति की सलाह से सहमति चाहिए। पर जदों उसका पति उसकी गल नूं अखों ओले करता तो उन्हें धक्का भी वजदा कि उसनों अपने पति तो अजे उम्मीद नहीं सी, क्योंकि अपने पति से बहुत ज्यादा विश्वास रखती है, लोड़ तो वध विश्वास रखने वाली है। तो हर दिल की गल पहला अपने पति नाल सांझा करना चाहती है, भावें उसका पति जदों बीजी की गल नूं हाँ विच हाँ मिला के उसकी गल वल ध्यान नहीं दिंदा कि जो बीजी कह रहे ने उही होवेगा, अजेही दिल तोड़वीं गल सुन के उसनों धक्का लगता है। अजेही पढ़ी लिखी मुटियार है सज्जना जो कि पुत्र धी विच कोई भी फर्क नहीं रखती, पुत्र धी विच कोई फर्क नहीं है उहदे लई। इस करके अपनी सस नूं कहिंदी है कि भावें कुख विच बल रहा बच्चा कुड़ी होवे जां मुंडा होवे उसनूं जन्म देवेगी, जे कुड़ी भी होएगी तां उह पुत्रां वांग पालेगी, उहनूं पढ़ाएगी लिखाएगी। ठीक है, नैक्सट है दलील बाजी नाल गल करती है, बड़ी तर्क दे नाल गल करती, बड़ी ठरम्मे दे नाल गल करती है। उसकी गल विच की है, वजन है, गल विच डूंघाई है। और बहादुरी दी तरह एक बहादुर मुटियार दी तरह सामने आती है और डॉक्टर नूं कहती है कि जदों डॉक्टर उसनूं कहती कि जे पढ़े लिखे लोग ही, क्योंकि डॉक्टर भी नहीं चाहती पढ़े लिखे लोग ही अजिहा करन लग पे, मुंडे कुड़ी विच फर्क करन लग पे तां सोसाइटी दा की होवेगा। सिरजना डॉक्टर नूं कहती है कि वह तो आप पढ़ी लिखी है, वह तो आप लोगों नूं समझा रही है, वह तो आप यही चाहती है, पर वह मजबूर है, उसनों मजबूरी के कारण उसकी सस वालों जबरदस्ती इत्थे लिआंदा गया। वह तो सगों पल रहे बच्चे नूं बचाउणा चाहती है। समुचे तौर पर की कह सकते हैं, सिरजना आधुनिक जमाने की पढ़ी लिखी मुटियार होने करके धियां की कदर जानती है, धियां की कीमत नूं पछाणदी है, पुत्र की इच्छा ना रख के कुख विच धियां का कतल करवाउण दे हक विच नहीं है। वह जिहड़े कातल ने बीजी वर्गे जिहड़े कि कतल करवाउणा चाहुंदे ने, कुखां विच धियां नूं मारना चाहुंदे ने, उहनां नूं ਵਿਗਿਆਤਮਕ ਰੂਪ ਵਿੱਚ ਉਹਨਾਂ ਨੂੰ ਵਿਗਿਆਤਮਕ ਭਾਸ਼ਾ ਰਾਹੀਂ ਸਿੱਧੇ ਕਰਦੀ ਹੈ। ਉਹ ਸੱਚਮੁੱਚ ਹੀ ਇੱਕ ਸਫਲ ਮਾਂ ਇੱਕ ਸਫਲ ਔਰਤ ਕਹਾਉਣ ਦੇ ਹੱਕ ਵਿੱਚ ਹੈ। ਕਲੀਅਰ ਹੈ ਸਿਰਜਣਾ ਦਾ ਪਾਤਰ? ਕਲੀਅਰ ਬੇਟੇ, ਸਭ ਬੱਚਿਆਂ ਨੇ ਪੁਆਇੰਟਸ ਨੋਟ ਕਰ ਲਏ। ਨੈਕਸਟ ਵਨ ਇਜ਼ ਬੀਜੀ ਦਾ ਪਾਤਰ। ਹੁਣ ਬੀਜੀ ਦਾ ਪਾਤਰ ਜਿਹੜਾ ਹੈ ਉਹ ਬਿਲਕੁਲ ਇਸੇ ਉਲਟ ਹੈ, ਜੋ ਕਿ ਗੁੱਸੇ ਖੋਰ ਹੈ, ਔਰਤਾਂ ਦੀ ਕਦਰ ਨਾ ਕਰਨ ਵਾਲੀ। ਠੀਕ ਹੈ, ਧੀਆਂ ਨੂੰ ਕੁੱਖ ਵਿੱਚ ਹੀ ਕਤਲ ਕਰਵਾਉਣ ਦੇ ਹੱਕ ਵਿੱਚ ਹੈ। ਨੂੰਹ ਤੇ ਪੁੱਤਰ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਕੜਵਾਹਟ ਪੈਦਾ ਕਰਨ ਵਾਲੀ ਔਰ ਸਭ ਤੋਂ ਵੱਧ ਕੇ ਇਸਤਰੀ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੀ।
ਹੁਣ ਆਪਾਂ ਬੀਜੀ ਦੇ ਪਾਤਰਾਂ ਦੀ ਬੀਜੀ ਦੇ ਪਾਤਰ ਦੀ ਪਾਤਰ ਉਸਾਰੀ ਕਰਨ ਲਈ ਉਹਦੇ ਪੁਆਇੰਟਸ ਆਪਾਂ ਅੱਛੀ ਤਰ੍ਹਾਂ ਧਿਆਨ ਵਿੱਚ ਰੱਖੀਏ। ਪਹਿਲਾਂ ਤਾਂ ਇੰਟਰੋਡਕਸ਼ਨ ਪੈ ਰਿਹਾ ਪਾਲੀ ਭੁਪਿੰਦਰ ਦੇ ਇਕਾਂਗੀ ਸਿਰਜਣਾ ਦੀ। ਇਹ ਇੱਕ ਮਹੱਤਵਪੂਰਨ ਪਾਤਰ ਹੈ। ਮੁੱਖ ਪਾਤਰ ਸਿਰਫ ਕੌਣ ਹੈ? ਸਿਰਜਣਾ, ਜਿਸ ਦੇ ਦੁਆਲੇ ਪੂਰਾ ਇਕਾਂਗੀ ਘੁੰਮਦਾ ਹੈ, ਜਿਸ ਦੇ ਨਾਮ ਤੇ ਇਕਾਂਗੀ ਦਾ ਨਾਮ ਸਿਰਜਣਾ ਰੱਖਿਆ ਗਿਆ। ਇਹ ਮਹੱਤਵਪੂਰਨ ਪਾਤਰ ਹੈ। ਇਹ ਇੱਕ ਗੁੱਸੇਖੋਰ ਹੈ, ਆਪਣੀ ਜ਼ਿੱਦ ਤੇ ਅੜੀ ਹੋਈ ਹੈ ਔਰ ਧੀਆਂ ਨੂੰ ਆਪਣੀ ਜਾਇਦਾਦ ਦਾ ਵਾਰਿਸ ਬਣਾਉਣ ਦੇ ਹੱਕ ਵਿੱਚ ਨਹੀਂ ਹੈ। ਇਹ ਕੁਲਦੀਪ ਦੀ ਮਾਂ ਹੈ ਔਰ ਸਿਰਜਣਾ ਦੀ ਸੱਸ ਹੈ। ਹੁਣ ਆਪਾਂ ਗੱਲ ਕਰੀਏ ਨੂੰਹ ਉੱਤੇ ਰੋਹਬ ਦਾ ਭਲਾ ਆਪਣਾ ਵਤੀਰਾ ਹੈ, ਉਸਦਾ ਰੋਹਬ ਦਾ ਵਾਲੀ ਹੈ। ਬੀਜੀ ਆਪਣੀ ਨੂੰਹ ਸਿਰਜਣਾ ਉੱਤੇ ਹਰ ਸਮੇਂ ਰੋਹਬ ਪਾਉਂਦੀ ਹੈ ਤੇ ਜਦੋਂ ਉਹ ਹਸਪਤਾਲ ਵਿੱਚ ਉਸਨੂੰ ਸਕੈਨਿੰਗ ਲਈ ਜ਼ਬਰਦਸਤੀ ਲੈ ਕੇ ਜਾਂਦੀ ਹੈ ਤਾਂ ਉੱਥੇ ਨਰਸ ਤੇ ਡਾਕਟਰ ਦੀ ਵੀ ਇੱਕ ਨਹੀਂ ਚੱਲਣ ਦਿੰਦੀ, ਆਪਣੇ ਪੁੱਤਰ ਦੀ ਵੀ ਨਹੀਂ ਚੱਲਣ ਦਿੰਦੀ, ਇੱਥੋਂ ਤੱਕ ਕਿ ਕੁਲਦੀਪ ਦੀ ਵੀ ਨਹੀਂ ਚੱਲਣ ਦਿੰਦੀ। ਆਪਣੀ ਨੂੰਹ ਨੂੰ ਕਹਿੰਦੀ ਹੈ ਕਿ ਉਸਨੂੰ ਜ਼ਿਆਦਾ ਪਤਾ ਹੈ ਕਿ ਕੀ ਕਰਨਾ, ਤੈਨੂੰ ਨਹੀਂ। ਤੇ ਜਦੋਂ ਕੁਲਦੀਪ ਨੂੰ ਆਪਣੇ ਸਿਰਜਣਾ ਆਪਣੇ ਪਤੀ ਤੋਂ ਸਲਾਹ ਲੈਣਾ ਚਾਹੁੰਦੀ ਹੈ ਤਾਂ ਉਸਨੂੰ ਕਹਿੰਦੀ ਤੈਨੂੰ ਫੋਨ ਕਰਨ ਦੀ ਕੀ ਲੋੜ ਸੀ, ਜਦ ਮੈਂ ਜੋ ਕਹਿਤਾ ਕਿ ਜੋ ਮੈਂ ਚਾਹੁੰਦੀ ਹਾਂ ਉਹੀ ਹੋਣਾ। ਪੋਤੇ ਦੀ ਇੱਛਾ ਰੱਖਣ ਵਾਲੀ, ਉਸਨੂੰ ਪੋਤਰੇ ਦੀ ਇੱਛਾ ਹੈ, ਪੋਤਰੇ ਦੀ ਇੱਛਾ ਰੱਖਦਿਆਂ ਹੀ ਉਹ ਦੂਜੀ ਕੁੜੀ ਨਹੀਂ ਚਾਹੁੰਦੀ। ਉਹ ਆਪਣੀ ਕੁੜੀਆਂ ਨੂੰ ਆਪਣੀ ਪ੍ਰੋਪਰਟੀ ਦਾ ਵਾਰਸ ਨਹੀਂ ਬਣਾਉਣਾ ਚਾਹੁੰਦੀ। ਉਹ ਕਹਿੰਦੀ ਮੇਰੀ 40 ਕਿੱਲੇ ਪੈਲੀ ਹੈ ਤੇ ਹੋਰ ਜ਼ਮੀਨ ਜਾਇਦਾਦ ਹੈ, ਉਹ ਮੈਂ ਆਪਣਾ ਉਹਦੇ ਲਈ ਮੈਨੂੰ ਪੋਤਰੇ ਪੋਤਰਾ ਚਾਹੀਦਾ। ਪੂਰੀ 40 ਕਿੱਲੇ ਪੈਲੀ ਲਈ ਤੇ ਇੱਕ ਸ਼ੈਲਰ ਨੂੰ ਸੰਭਾਲਣ ਵਾਲਾ ਮੈਨੂੰ ਵਾਰਸ ਚਾਹੀਦਾ ਹਰ ਹਾਲਤ ਦੇ ਵਿੱਚ। ਇਸ ਕਰਕੇ ਜੇ ਆਉਣ ਵਾਲਾ ਬੱਚਾ ਕੁੜੀ ਹੋਇਆ ਤਾਂ ਉਸ ਕੁੜੀ ਨੂੰ ਮੈਂ ਇਸ ਦੁਨੀਆਂ ਵਿੱਚ ਆਉਣ ਤੋਂ ਰੋਕਣਾ ਹੈ। ਇਸ ਕਰਕੇ ਸਕੈਨਿੰਗ ਜ਼ਬਰਦਸਤੀ ਕਰਵਾਉਣ ਲਈ ਲੈ ਕੇ ਜਾਂਦੀ ਹੈ। ਚੁਸਤ ਚਲਾਕ ਹੈ, ਬਹੁਤ ਹੀ ਚੁਸਤ ਚਲਾਕ ਔਰਤ ਹੈ। ਬੜੀ ਹੀ ਚੁਸਤੀ ਤੇ ਚਲਾਕੀ ਨਾਲ ਸਿਰਜਣਾ ਦੀ ਹਰ ਗੱਲ ਨੂੰ ਕੱਟਦੀ ਹੈ। ਜੋ ਨਰਸ ਹੈ ਉਹਨਾਂ ਨਾਲ ਵੀ ਉਹ ਰੁੱਖਾ ਵਰਤਾਓ ਕਰਦੀ ਹੈ। ਸਫਾਈ ਕਰਮਚਾਰੀ ਹੈ ਜਿਹੜੀ ਨੂੰ ਮਾਸੀ ਦੇ ਰੂਪ ਵਿੱਚ ਆਈ ਹੈ, ਔਰ ਡਾਕਟਰ ਹੈ ਉਹਨੂੰ ਵੀ ਬੜੀ ਚੁਸਤ ਚਲਾਕੀ ਦੇ ਨਾਲ ਉਹਨਾਂ ਨਾਲ ਗੱਲ ਕਰਦੀ ਹੈ। ਜਿਵੇਂ ਸਭ ਕੁਝ ਉਹੀ ਜਾਣਦੀ ਹੈ, ਸਭ ਤੋਂ ਸਿਆਣੀ ਉਹੀ ਹੈ। ਔਰ ਇਸ ਤੋਂ ਵੀ ਵੱਧ ਕੇ ਅਗਲਾ ਪੁਆਇੰਟ ਆਉਂਦਾ ਕਿ ਗੁੱਸੇਖੋਰ ਵੀ ਹੈ। ਹਸਪਤਾਲ ਦੀ ਸਫਾਈ ਕਰਮਚਾਰੀ ਜਦੋਂ ਉਸਨੂੰ ਜੁੱਤੀਆਂ ਅੰਦਰ ਲੈ ਕੇ ਆਉਣ ਤੋਂ ਵਰਜੀ ਹੈ ਤਾਂ ਉਹਨੂੰ ਕਹਿੰਦੀ ਕੀ ਹੈ, ਉਹਨੂੰ ਬੜੀ ਬਦਤਮੀਜ਼ ਕਹਿ ਕੇ ਪੁਕਾਰਦੀ ਹੈ ਕਿ ਤੂੰ ਬੋਲਦੀ ਕਿੱਦਾਂ ਹੈ। ਜਦੋਂ ਸਿਰਜਣਾ ਕੁਲਦੀਪ ਨੂੰ ਫੋਨ ਕਰਦੀ ਹੈ ਉਹਨੂੰ ਵੀ ਗੁੱਸੇ ਚ ਬੋਲਦੀ ਹੈ, ਤੈਨੂੰ ਜੋ ਕਹਿ ਦਿੱਤਾ ਉਹੀ ਹੋਣਾ, ਤੈਨੂੰ ਕੀ ਲੋੜ ਪਈ ਸੀ ਦੀਪ ਨੂੰ ਫੋਨ ਕਰਨ ਦੀ। ਠੀਕ ਹੈ, ਜ਼ਿੱਦੀ ਹੈ। ਜ਼ਿੱਦੀ ਕਿਵੇਂ ਕਿਵੇਂ ਕਹਿ ਸਕਦੇ ਹਾਂ ਜ਼ਿੱਦੀ ਹੈ ਬੇਟੇ? ਸਿਰਜਣਾ ਕੋਲੋਂ ਮੁੰਡੇ ਦੀ ਪੁੱਤਰ ਦੀ ਇੱਛਾ ਰੱਖਦੀ ਹੋਈ ਕਹਿੰਦੀ ਹੈ ਕਿ ਜੇ ਪੁੱਤਰ ਨਾ ਦਿੱਤਾ, ਜੇ ਇੱਥੇ ਜ਼ਮੀਨ ਜਾਇਦਾਦ ਦਾ ਵਾਰਸ ਨਾ ਆਇਆ ਤਾਂ ਮੈਂ ਸਾਰੀ ਜ਼ਮੀਨ ਜਾਇਦਾਦ ਗੁਰਦੁਆਰੇ ਜਾਂ ਮੰਦਰ ਦੇ ਨਾਂ ਤੇ ਲਗਵਾ ਦੇਵਾਂਗੀ। ਉਹ ਮੈਨੂੰ ਮਨਜ਼ੂਰ ਹੈ, ਪਰ ਮੈਂ ਇਸ ਨੂੰ ਕੁੜੀਆਂ ਦੇ ਦਾਜ ਵਿੱਚ ਵੰਡਣ ਦੇ ਬਿਲਕੁਲ ਵੀ ਤਿਆਰ ਨਹੀਂ। ਔਰਤ ਦਾ ਦਰਦ ਨਹੀਂ ਸਮਝਦੀ, ਔਰਤ ਦੀਆਂ ਭਾਵਨਾਵਾਂ ਨਹੀਂ ਸਮਝਦੀ, ਔਰਤ ਦੀਆਂ ਭਾਵਨਾਵਾਂ ਦੀ ਬਿਲਕੁਲ ਕਦਰ ਨਾ ਕਰਨ ਵਾਲੀ ਬੀਜੀ ਜਿਹੜੀ ਕਿ ਇਸ ਇਕਾਂਗੇ ਵਿੱਚ ਬਿਲਕੁਲ ਹੀ ਦਰਦਹੀਨ ਪਾਤਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ ਹੈ, ਔਰ ਪੋਤਰੀਆਂ ਨੂੰ ਪੱਥਰ ਕਹਿ ਕੇ ਸੰਬੋਧਿਤ ਕਰਦੀ ਹੈ, ਪੱਥਰ ਕਹਿ ਕੇ ਬੁਲਾਉਂਦੀ ਹੈ। ਕੀ ਕਹਿੰਦੀ ਹੈ ਕਿ ਮੈਨੂੰ ਆਪਣੇ ਪੁੱਤਰ ਦੇ ਲਈ ਭਾਵੇਂ ਦੂਜਾ ਵਿਆਹ ਕਿਉਂ ਨਾ ਕਰਨਾ ਪਵੇ, ਉਹਨੂੰ ਘਰੋਂ ਨਿਕਲ ਜਾਣ ਦੀ ਧਮਕੀ ਦਿੰਦੀ ਹੈ ਕਿ ਤੂੰ ਘਰੋਂ ਨਿਕਲ ਜਾ, ਜੇ ਤੂੰ ਅਜਿਹਾ ਹੀ ਕਰਨਾ ਨਾ ਤੂੰ ਤੇਰੀ ਘਰ ਵਿੱਚ ਇੱਥੇ ਜਗ੍ਹਾ ਨਹੀਂ ਹੈ। ਉਹਨੂੰ ਤਾਨੇ ਮੀਨੇ ਦਿੰਦੀ ਹੈ ਕਿ ਤੂੰ ਦਾਜ ਵਿੱਚ ਲਿਆਈ ਵੀ ਕੀ ਹੈ, ਟੁੱਟਾ ਭੱਜਾ ਸਮਾਨ ਲੈ ਕੇ ਆਈ ਹੈ। ਉਹਨੂੰ ਜੇ ਆਪਣੀ ਤਨਖਾਹ ਦਾ ਗੁਮਾਨ ਹੋਏਗਾ ਤਾਂ ਉਸਦੇ ਨਾਲ ਤਾਂ ਘਰ ਦੇ ਨੌਕਰਾਂ ਤੇ ਡਰਾਈਵਰਾਂ ਦਾ ਖਰਚਾ ਵੀ ਨਹੀਂ ਚੱਲਦਾ, ਅਜੇ ਤਾਨੇ ਮੀਨੇ ਉਹਨੂੰ ਹਮੇਸ਼ਾ ਦਿੰਦੀ ਹੈ। ਤੇਰੇ ਵਰਗੀਆਂ ਤਾਂ ਕਹਿੰਦੀ 3600 ਮਿਲਦੀਆਂ ਨੇ, ਨਾਲ ਮੋਟਰ ਕਾਰਾਂ ਵੀ, ਔਰ ਜੇ ਲੋੜ ਪਈ ਤਾਂ ਮੈਨੂੰ ਹੋਰ ਵੀ ਬਹੁਤ ਮਿਲ ਜਾਣਗੀਆਂ। ਇਸ ਤਰ੍ਹਾਂ ਜਿਹੜੀ ਬੀਜੀ ਹੈ ਇਸ ਇਕਾਂਗੀ ਵਿੱਚ ਬੜੀ ਗੁੱਸੇਖੋਰ, ਲਾਲਚੀ, ਪੋਤਰੇ ਦੀ ਇੱਛਾ ਰੱਖਦੀ ਪਾਤਰ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਹੋਈ ਹੈ। ਅਗਲਾ ਗੱਲ ਕਰੀਏ ਆਪਾਂ ਕੁਲਦੀਪ, ਕੁਲਦੀਪ ਪਾਲੀ ਭੁਪਿੰਦਰ ਦੀ ਇਕਾਂਗੀ। ਸੇਮ ਆਪਾਂ ਇੰਟਰੋਡਕਸ਼ਨ ਪੈਰਾ ਉਵੇਂ ਕਰਨਾ ਹੈ। ਦਾ ਮਹੱਤਵਪੂਰਨ ਪਾਤਰ, ਮੁੱਖ ਪਾਤਰ ਸਿਰਜਣਾ ਦਾ ਪਤੀ ਹੈ ਔਰ
बीजी इसकी मां है और बीजी दा लाडला पुत्र है, आज्ञाकारी पुत्र है, मां उत्ते लोर तो वध भरोसा करने वाला, अपनी मां उपर सब तो वध विश्वास रखता है। जो सिरजना टेलीफोन के राही कुलदीप की सलाह मंगती है कि बीजी मैनू स्कैनिंग कराने लई टेस्ट कराने लई लैके आए ने क्लीनिक विच, तां उन्हां नूं की कहिंदा है, उसनूं की कहिंदा है सिरजना नूं, जो कुछ भी होवे जो मां कह रही है वह सब कुछ ठीक ही है, वह ठीक ही कह रहे ने, वह जो कर रहे ने ठीक ही कर रहे ने। गल ध्यान नाल नहीं सुनना, गल वल बेध्यान ना, कुलदीप सिरजना द्वारा कीती फोन ते कीती जाण वाली गल नूं ध्यान नाल नहीं सुनदा, सो सारी गल अपनी मां ते ही सुट दिंदा है। फिर की कह दिंदा है कि वह इस समय एक जरूरी मीटिंग दे विच रुझिया होया, इस करके जो भी जी कह रहे ने उस दे अनुसार तैनूं चलना ही पैना है। और उस स्कैनिंग दे रिजल्ट लई जिवें बीजी उत्सुक ने ना, उसे तरह वह भी उत्सुक है। दूसरी बार जदों सिरजना फोन करती है तो की पुछदा पहले कि रिजल्ट बारे पुछदा, की रिजल्ट आया स्कैनिंग दा, भाव भाव की है कि जिहड़ा कुक विच बच्चा पल रहा वह कुड़ी है जां मुंडा है। वह पत्नी दीआं गल्लां वल्लों स्कैनिंग दे रिजल्ट ते ज़्यादा ध्यान दिंदा है, प्रॉपर्टी कल्चर दे बारे फिक्रमंद है। की कहिंदा सिरजना नूं कि जिहड़ी बीजी दी जिहड़ी चिंता है ना वह बिल्कुल जायज़ है, क्योंकि तैनूं पता तो है कि पहला भी अपनी एक लड़की है ते जिहड़ा ये सोसाइटी है साडी इहदे विच प्रॉपर्टी कल्चर नूं भी अहमियत दित्ती जांदी है कि जिन्नी जायदाद है साडी उस तों बाद मेरे तों बाद कौन होवेगा उहदा वारिस, इस करके वारिस चाहीदा ही हुंदा है। और बजुर्गों का ये कहना बिल्कुल सही है कि प्रॉपर्टी का मालक सानू चाहिए प्रॉपर्टी का वारस, देरी नाल समझदा, देरी नाल उन्हें इस गल की समझ आती है, उहदियां देरी नाल अखां खुलदियां ने। जदों सिरजना अपना पूरा दृढ़ इरादा कर लैंदी है कि भावें मैनू घर ही क्यों ना छड्डना पवे पर वह स्कैनिंग नहीं करवाएगी, वह बच्ची नूं जन्म देगी, उहनूं पुत्रां वांग पालेगी, तां उस समय कुलदीप दीआं वी अखां खुल जांदियां ने ते ओह बीजी दी परवाह ना करदा होया क्लीनिक दे बाहर आके मुस्कुराउंदा होया सिरजना दा साथ दिंदा ते अपने आप नूं खुशकिस्मत समझदा है कि जो तू फैसला सिरजना ने किया वह बिल्कुल सही फैसला है। इस गल ते ओह खुशी इजहार करता है कि उसकी जीवन साथन एक पढ़ी लिखी मुटियार है जो कि समाज विच नवें समाज की सिरजना करेगी, जो कि समाज में एक नवी सेध देगी। क्लीयर है बेटे? अंत विच मीनस जिम्मेवार पति का रोल अदा करता है। हुण आपां गल करिए डॉक्टर जिहड़े निमन पात्र ने, सहायक पात्र हैं, डॉक्टर हो गई, नर्स हो गई, सफाई कर्मचारी। पाली भुपिंदर द्वारा लिखिया एकांगी सिरजना दी डॉक्टर है जिहड़ी एक सहायक पात्र है, निमन पात्र है, जिसके आन नाल एकांगी नेपरे चढ़दा है। भावें कोई निमन पात्र होए, भावें कोई मुख पात्र होए, महत्वपूर्ण पात्र होए, हर एक का रोल है जिहड़ा वह एकांगी विच इंपोर्टेंस रखता है, छोटे तो छोटा रोल भी, नहीं तो एकांगी नेपरी नहीं चढ़ेगा, एकांगी रंगमंच से खेडे नहीं जा सकता। और एकांगी का एक खास विशेषता होंगी कि रंगमंच से जिंदे जागते पात्रों राही खेडिया जाता है। ठीक है बच्चे, हुण आपां गल करिए समझदार पात्र, समझदार डॉक्टर, सन समझदार डॉक्टर है, पढ़ी लिखी है, वह तो पता ही है कि उन्हें डिग्री ली हुई है, औरतों की माहिर डॉक्टर है। वह सिरजना समझाद्या है, कहती कि वह भी एक पढ़ी लिखी मुटियार है, जेकर पढ़े लिखे लोग ही मुंडे कुड़ी विच फर्क करन लग पे तो इस सोसाइटी विच की होवेगा, ये तो सोसाइटी विच बहुत वड्डी रुकावट आ जाएगी, इस तरह का समाज है जिहड़ा घुनवंग खाधा जाएगा। जेकर अणजम्मियां धीआं नूं कुखां विच मारन लग पे लोग, पढ़े लिखे ते अनपढ़ लोगों की वक्री वक्री सोच रखने वाली, की कहती है, पढ़े लिखे लोग ते अनपढ़ लोगों की वक्री वक्री सोच होंदी है। जे अनपढ़ लोग अजिहा करदे ने तां उहनां नूं समझाणा समझाने देरी लगती है, उन्होंने जागरूकता लिया मुश्किल है, पर पढ़े लिखे लोग तो बहुत सोचते हैं, वो क्यों अजिहा करते हैं? कहने मैं समझती हाँ कि अजे लोग भी कई बार मजबूर हो जाते हैं, ये साढ़े समाज की फितरत है कि उन्होंने मजबूर किया जाता है। सिरजना हौसला देती है
डॉक्टर है वह अजिहा वो कर्म नहीं कर देगी सिरजना की जदों उन्हों जबरदस्ती उसकी बीजी जी स्कैनिंग करवाने लिए मजबूर करती है तो सिरजना रोंदी है कुरलाउंदी है तो डॉक्टर तो दोवें नर्सा जड़िया उगियां ने क्लीनिक ओह उसका साथ देने उसनू रोन से हौसला देने भजिया आदि ने तो सिरजना डॉक्टर कहती है कि मैं अजिहा नहीं हो तो डॉक्टर साहब की कहते हैं मेथों तो आप ही नहीं होना डॉक्टर हौसला देंदे कि तू फिक्र ना कर नहीं होएगा जो तेरे बिजी चंद ने अजिहा हो ही नहीं सकता अजिहा साढ़े हस्पताल होंदा ही नहीं है मीनस की लिंग निर्धारण जरा टैसट है वो ते बंदिश है असी वो करते ही नहीं हाँ समाज में बदलन वाली सोच रखने वाली डॉक्टर है हाँ डॉक्टर का पिछे ही अजिहा होंदा कि जिस तरह समाज है जरा नरोआ हो डॉक्टर समाज को बदलने वाली सोच रखने वाली है कहती किसी भी समस्या का हल अजिहा नहीं होंदा कि जो जो तुहानू जिहड़े पुरानी सोच वाले लोग कहन उस दे अकॉर्डिंग चलो बल्कि पूरे समाज को इसलिए अगे आना पवेगा जागरूकता फैलानी पवेगी इकला व्यक्ति समाज को नहीं बदल सकता बाकियों नू भी अजिहा ही चंगी सोच रख के अगां वधू सोच रख के कुड़ियां ते मुंडियां दा फर्क मिटाउणा पवेगा बाकी समाज नू भी अगे वधना पवेगा और अपनी जिहड़ा डॉक्टरी पेशा है ना उहदे नाल बिल्कुल जस्टिस करती है इंसाफ करन वाली है अपने पेशे के प्रति बड़ी ही वफादार सुहिरद है वह बीजी नू कहिंदी है कि इत्थे कुछ अजिहा नहीं होवेगा जिसकी तुसी उम्मीद लैके आए हो बीजी दे जोर पाउण ते भी वह की कहिंदी है डॉक्टर जो बीजी जोर पाते कि नहीं डॉक्टर साहब इतने जरूर होएगा जो मैं कहनी हाँ वो स्कैनिंग होनी है डॉक्टर अगे उत्तर देंगे तो क्या ना कि इतने जहा कुछ नहीं हो सकता और ना ही मैं जहा वो कुछ हो दवांगी समुचे तौर पर की कह सकते हैं कि डॉक्टर है जी आधुनिक विचार वाली पढ़ी लिखी सूझवान समाज को बदलने वाली समाज में अजि जी कुरीति है अणजमिया धियां नूं कुख विच मारन दी कुरीति नूं खत्म करन दे हक विच है कि वह यह भी समझिए कि तां पढ़े लिखे लोगों की मजबूरी है समाज विच पढ़े लिखे लोग बेचारे मजबूर हो के अजिहा करन लई मजबूर हो जांदे ने वह तां औरत होण करके धियां दे दर्द नूं चंगी तरह समझदी है क्योंकि वह आप औरत है इस करके अपने किते दे प्रति बड़ी ही सुहिरद पात्र दे रूप साडे सामने आ डन बेटे लास्ट पात्र इस मासी सफाई कर्मचारी इस इकांगी की सहायक पात्र है और जड़ी डॉक्टर है अंत में भी कह सकते हैं समुचे तौर पर अस कह सकते हैं एक सहायक पात्र है इन्हों पात्रों के आने वाली इकांगी शिखर से चढ़ता है और सफल होंदा है उसनों सारे लोग जड़ी मासी है जो कि हस्पताल विच एक सफाई कर्मचारी उसनों मासी कह के बुलाते हैं सत्कार दे नाल प्यार दे नाल वह क्लीनिंग दे विच सफाई कर्मचारी वजों काम करती है दिल की बहुत ही चंगी है दिल की की है बहुत चंगी और हमदर्दी भावना वाली रखने वाली है हमदर्दी की भावना रखती है पर जो कोई उसकी ड्यूटी के दौरान कोई रुकावट पैदा करता ना बिजी वर्गा पात्र जो अंदर आंदे ही जुत्तियां लैके अंदर एंटर करती है ना जिहड़ी बिजी है सिरजना की सस ता मासी उस नाल बड़ी ही गुस्से नाल तलखी नाल बोलती है कि सफाई चलती पई है तुहानू दिसदा नहीं जुत्तियां लैके अंदर आना मना है सारे पैरां दे छापे लग जाने हैं गुस्सेखोर है पर गुस्सेखोर कदों है जदों वो बीजी नू क्लीनिंग विच अंदर दाखल हुंदिया देखदे कि वह गुस्सेखोर ने वह मैनू बदतमीज कह के बोलदे हैं तो उहदी प्रतिक्रिया भी बीजी दे प्रति गुस्से वाली है क्लीयर है बेटे समझ आ गई पर वो दिल दी की है चंगी है चुस्त चलाक औरत है मासी भी बड़ी चुस्त चलाक है सिरजना अपने पति कुलदीप नाल जदों गल्लां कर रही हुंदी तां मासी चुप चाप सुनदी है सारियां गल्लां सुनदी है ध्यान हर पासे रखदी है पर उहनां दी गल सुनदी है कि एक किस मकसद दे लई इत्थे आए ने हमदर्दी रखण वाली है सिरजना नाल हमदर्दी रखदी है सिरजना नूं उदास वेख के कहिंदी कि मैनूं इह उदासी तेरी ना मैनूं चंगी नहीं लगदी इह गल मैनूं पसंद नहीं है पुराने वेले साडे चंगे सन कि उस वक्त अजिहियां मशीनां ही नहीं सन स्कैनिंग करन वालियां
ਲੋਕ ਔਖੇ ਸੌਖੇ ਹੋ ਕੇ ਧੀਆਂ ਨੂੰ ਪਾਲ ਲੈਂਦੇ ਸਨ। ਇਹ ਕਿਹਦੀ ਸੋਚ ਹੈ ਜਿਹੜੀ ਪੜ੍ਹੀ ਲਿਖੀ ਨਹੀਂ ਹੈ, ਸਫਾਈ ਕਰਮਚਾਰੀ, ਪਰ ਉਹ ਵੀ ਇਸ ਹੱਕ ਵਿੱਚ ਹੈ ਕਿ ਧੀਆਂ ਨੂੰ ਔਖੇ ਸੌਖੇ ਪਾਲ ਲਓ। ਇਹ ਧੀਆਂ ਨਾਲ ਹੀ ਤਾਂ ਸਮਾਜ ਚੱਲਣਾ ਹੈ, ਸੰਸਾਰ ਦੀ ਸਿਰਜਣਾ ਹੋਣੀ ਹੈ। ਕਹਿੰਦੇ ਬੜਾ ਸਮਾਜ ਇੱਦਾਂ ਦਾ ਕਿ ਜਿਹੜੇ ਇੱਕ ਧੀ ਤੋਂ ਬਾਅਦ ਦੂਜੀ ਧੀ ਨੂੰ ਭਾਰ ਕਿਉਂ ਸਮਝਦਾ ਹੈ। ਇਸ ਕਰਕੇ ਇਹ ਜਿਹੜੀ ਮਾਸੀ ਹੈ ਜਜ਼ਬਾਤੀ ਹੈ, ਭਾਵੁਕ ਹੈ। ਸਿਰਜਣਾ ਆਪਣੀ ਸੱਸ ਨੂੰ ਕਹਿੰਦੀ ਹੈ, ਜਾਓ ਵੀ ਜੀ ਮੈਂ ਤੁਹਾਡਾ ਘਰ ਛੱਡਿਆ, ਇਸ ਕਾਬਲ ਮੈਂ ਹਾਂ ਕਿ ਮੈਂ ਪਾਲ ਸਕਦੀ ਹਾਂ ਇਸ ਬੱਚੀ ਨੂੰ। ਤਾਂ ਜਿਹੜੀ ਮਾਸੀ ਹੈ ਉਹਦਾ ਸਾਥ ਦੇ ਕੇ ਸਿਰਜਣਾ ਨੂੰ ਕਹਿੰਦੀ, ਬੀਬੀਏ ਇਹ ਘਰ ਪਰਿਵਾਰ ਤੋਂ ਬਾਹਰ ਹੋ ਕੇ ਇਹ ਸਮੱਸਿਆ ਹੱਲ ਹੋ ਜੂਗੀ, ਇਹ ਹੱਲ ਨਹੀਂ ਹੋਣੀ, ਭਲਾ ਹੋ ਜੂਗੀ। ਤੈਨੂੰ ਦ੍ਰਿੜ ਇਰਾਦਾ, ਹੌਸਲੇ ਨਾਲ ਇਸ ਸਮੱਸਿਆ ਨੂੰ ਹੱਲ ਕਰਨਾ ਪੈਣਾ ਹੈ। ਦੂਜਿਆਂ ਨੂੰ ਖੁਸ਼ ਦੇਖ ਕੇ ਜਿਹੜੀ ਮਾਸੀ ਹੈ ਖੁਸ਼ ਵੀ ਹੁੰਦੀ ਹੈ। ਜਦੋਂ ਸਿਰਜਣਾ ਕਹਿੰਦੀ ਹੈ ਕਿ ਮੈਂ ਸਕੈਨਿੰਗ ਨਹੀਂ ਕਰਵਾਵਾਂਗੀ, ਤੇ ਜਦੋਂ ਉਸਦਾ ਪਤੀ ਵੀ ਉਸਦੇ ਨਾਲ ਸਾਥ ਦਿੰਦਾ ਨਾ, ਤਾਂ ਮਾਸੀ ਉਹਨਾਂ ਦੋਨਾਂ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋ ਜਾਂਦੀ ਹੈ। ਜਜ਼ਬਾਤੀ ਹੈ, ਹਮਦਰਦੀ ਭਰਿਆ ਵਤੀਰਾ ਰੱਖਦੀ ਹੈ। ਵਤੀਰਾ ਰੱਖਣ ਵਾਲੀ ਹੈ ਦੂਸਰਿਆਂ ਦੇ ਦੁੱਖ ਦਰਦ ਨੂੰ ਸਮਝਣ ਵਾਲੀ। ਪਾਤਰ ਦੇ ਰੂਪ ਵਿੱਚ ਸਾਡੇ ਸਾਹਮਣੇ ਭਾਵੇਂ ਬਾਹਰੋਂ ਗੁੱਸੇਖੋਰ ਹੈ, ਲੜਾਕੀ ਲੱਗਦੀ ਹੈ, ਪਰ ਉਸਦਾ ਅੰਦਰਲਾ ਪਿਆਰ ਤੇ ਹਮਦਰਦੀ ਹੈ ਜਿਹੜੀ ਉਸਦੇ ਪ੍ਰਤੀ ਆਦਰ ਦੀ ਭਾਵਨਾ ਜਗਾਉਂਦਾ ਹੈ। ਕਲੀਅਰ ਹੈ ਬੱਚੇ? ਡਨ ਬੇਟੇ। ਹੁਣ ਇਹ ਸਾਰੇ ਪਾਤਰਾਂ ਦੀ ਪਾਤਰ ਸਾਰੀ ਤੁਸੀਂ ਆਪਣੀ ਫੇਅਰ ਨੋਟਬੁੱਕ ਤੇ ਕਰ ਲੈਣੀ ਹੈ, ਜਿਹਨਾਂ ਬੱਚਿਆਂ ਨੇ ਪਹਿਲਾਂ ਪਾਤਰ ਸਾਰੀ ਨਹੀਂ ਕੀਤੀ, ਕਿਉਂਕਿ ਪੇਪਰ ਦੇ ਵਿੱਚ ਇਕਾਂਗੀ ਦਾ ਕੁਸ਼ਚਨ 4 marks ਦਾ ਆਉਣਾ ਹੈ, ਜਿਸ ਵਿੱਚ ਵੱਡੇ ਪ੍ਰਸ਼ਨ ਹਨ ਔਰ ਪਾਤਰ ਸਾਰੇ। ਥੈਂਕ ਯੂ ਸੋ ਮਚ।